ਅੱਜ ਅਸੀਂ ਫਿਰ ਜਾ ਰਹੇ ਜੀ ਮੁਲਤਾਨ ਮਹਿਰਾ ਤੇ ਬਾਜੀ ਸਾਹਿਬ ਤੇ ਸ਼ਦੀਦ ਵੀ ਅਸੀਂ ਚੱਲੇ ਸੀ ਅੱਜ ਆਪਣੇ ਮੋਬਾਈਲ ਦਾ ਪੈਨਲ ਸਹੀ ਕਰਾਉਣ। ਸਾਡੇ ਮੋਬਾਈਲ ਦਾ ਪੈਨਲ ਗਿਆ ਟੁੱਟ ਅਤੇ ਉਹ ਸਾਨੂੰ ਨੇੜੇ ਤੇੜੇ ਲੱਭਾ ਨਹੀਂ, ਕਹਿੰਦੇ ਜੀ ਮੁਲਤਾਨ ਹੀ ਜਾਣਾ ਪੈਣਾ। ਉਹ ਜਿਸ ਤਰ੍ਹਾਂ ਮੀਆਂ ਚੰਨੂ ਵਾਲੇ ਡਾਕਟਰ ਕਹਿ ਦਿੰਦੇ ਨਾ ਮਰੀਜ਼ ਨੂੰ ਮੁਲਤਾਨ ਲੈ ਜਾਓ, ਅੱਜ ਸਾਡੇ ਮੋਬਾਈਲ ਨੂੰ ਵੀ ਕਹਿ ਦਿੱਤਾ ਜੀ ਮੁਲਤਾਨ ਲੈ ਜਾਓ। ਇਸ ਲਈ ਅਸੀਂ ਜਾਵਾਂਗੇ ਹੁਣ ਮੁਲਤਾਨ, ਉੱਥੋਂ ਕਰਾਵਾਂਗੇ ਆਪਣਾ ਮੋਬਾਈਲ ਸਹੀ। ਲਓ ਜੀ, ਨਾਲ ਅਸੀਂ ਅੱਜ ਤੁਹਾਨੂੰ ਅੱਜ ਰਿਵਿਊ ਕਰਾਵਾਂਗੇ 6ਵੇਂ ਪਾਸ ਦਾ ਇਸ ਗੱਡੀ ਦੀ। ਕਿਆ ਹੀ ਬਾਤ ਹੈ, ਫੈਸਲਾਬਾਦ ਤੋਂ ਕੱਲ ਵੀ ਕਾਸ਼ੀਆ ਤਿਆਰ ਹੋ ਜਾਵਾਂ ਕੱਲ ਵਾਸਤੇ। ਕਾਸ਼ੀ ਕੀ ਚੀਜ਼ ਹੈ ਅੱਜ ਸੀ ਜੀ, ਚੱਲੇ ਹਾਂ ਚੀਮੇ ਚੱਕੀ ਪਿੱਛੇ ਕਿਸੇ ਹੋਰ ਬੱਸ 'ਚ ਅਤੇ ਅੱਜ ਅਸੀਂ ਰਿਵਿਊ ਕਰਨ ਲੱਗੇ ਹਾਂ ਚੀਮੇ ਬੱਸ ਦਾ। ਸਾਡਾ ਜ਼ਿਲ੍ਹਾ ਵੀ ਇਹ ਹੀ ਹੈ ਜੀ ਖਾਨੇਵਾਲ। ਕਿਆ ਹੀ ਬਾਤਾਂ ਨੇ ਖਾਨੇਵਾਲ ਦੀਆਂ, ਕਾਫੀ ਸਜਾਇਆ ਗਿਆ ਸਟਾਫ ਨੂੰ ਵੀ ਅਤੇ ਛੋਟੇ ਛੋਟੇ ਲਾ ਕੇ। ਇੱਥੋਂ ਤਕਰੀਬਨ ਹਰ ਸ਼ਹਿਰ ਦੀ ਗੱਡੀ ਲੱਭਦੀ ਹੈ। ਦੂਸਰਾ ਜੰਕਸ਼ਨ ਵੱਡਾ ਇੱਥੇ ਹੀ ਹੈ ਖਾਨੇਵਾਲ ਅਤੇ ਮੇਨ ਬੱਸ ਸਟਾਪ ਵੀ। ਜਿਵੇਂ ਹੀ ਸਾਡੀ ਗੱਡੀ ਖਾਨੇਵਾਲੋਂ ਨਿਕਲੀ ਅਤੇ ਗੱਡੀ ਵਿੱਚ ਰਸ਼ ਬਣ ਚੁੱਕਿਆ ਸੀ ਅਤੇ ਨਾਲ ਹੀ ਇੱਕ ਫੱਕੀ ਵੇਚਣ ਵਾਲਾ ਵਿੱਚ ਵੜਿਆ, ਅਤੇ ਮੈਂ ਸੋਚਿਆ ਚਲੋ ਇਹਨੂੰ ਵੀ ਰਿਕਾਰਡ ਕੀਤਾ ਜਾਏ ਅਤੇ ਤੁਹਾਨੂੰ ਵੀ ਉਹਦੇ ਫੱਕੀ ਵੇਚਣ ਦਾ ਸਟਾਈਲ ਵਿਖਾਇਆ ਜਾਏ। ਵੇਖਿਓ ਜ਼ਰਾ, ਸਲਾਮ ਲੈਣਾ ਨਾ ਸਾਡੇ ਨਵੀਂ ਪਾਕ ਦੀ ਸੁਨਤ ਹੈ, ਪਰ ਭਾਜੀ ਜਵਾਬ ਦੇ ਦੇਣਾ ਮੁਸਲਮਾਨ ਦਾ ਇੱਕ ਅਲੱਗੀ ਫਰਜ਼ ਹੈ। ਹਰ ਕੁਛ ਕੀ ਰਹਿਣਾ ਭਾਜੀ, ਇਹ ਦੱਸਾਂ ਨੇਕੀਆਂ ਦਾ ਸਵਾਬ ਦਾ ਸਲਾਮ ਦਾ ਜਵਾਬ। ਅੱਲਾਹ ਤਾਲਾ ਨਾ ਇਸ ਕੰਮ ਦੀ ਵੇੜੇ ਵਿੱਚ ਖੈਰੀਅਤ ਦੇ ਨਾਲ ਕਮਾਏ ਆਪਣੇ ਆਪਣੀ ਮੰਜ਼ਲੇ ਮਕਸੂਦ ਬਾਬਾ ਜੀ ਦਾ ਕਲਵੰਜੀ ਦਾ ਜੋਹਰ ਦੇਸੀ ਜਿਹੜੀ ਬੂਟੀਆਂ ਪੀਸ ਕੇ ਬਾਬਾ ਜੀ ਨੇ ਇੱਕ ਪੱਕੀ ਤਿਆਰ ਕੀਤੀ ਜਿਸ ਨੂੰ ਆਪਾਂ
ਸਲਾਕੀ ਜ਼ੁਬਾਨ ਚ ਬੋਲਦੇ ਆ ਚਲੀ ਉਰਦੂ ਚ ਬੋਲਦੇ ਆ ਸਫੂ ਪੰਜਾਬੀ ਚ ਬੋਲਦੇ ਆ ਮੱਟੀ ਸਲਾਕੀ ਚ ਬੋਲਦੇ ਆ ਚਲੀ ਕਿਆ ਦੇਖੋ ਮਾਲਾ ਇਹ ਹਰ ਘਰ ਦੀ ਜ਼ਰੂਰਤ ਹੈ ਮੇਰੇ ਕੁਮੇਲੇ ਵੈਸੇ ਵੀ ਘਰੇ ਕਰਨ ਵਾਲੇ ਸ਼ਹਿਰ ਪੰਜਾਬ ਸਾਦਾ ਜੀ ਤਰੱਕੀ ਸਾਦਾ ਜੀ ਪੈਕਿੰਗ ਹੈ ਦੇਖੋ ਆਪ ਦੇ ਫਾਇਦੇ ਨਾਲ ਹੈ ਤੇ ਮਾਪ ਪੈਕਿੰਗ ਨਾਲ ਨਹੀਂ ਹੈ ਹਰ ਬਿਮਾਰੀ ਦਾ ਇਲਾਜ ਹੀ ਆਪ ਸਰਕਾਰ ਨੇ ਸਾਡੇ ਪੂਰਾ ਚੱਲਦੀ ਜਿਹੜੀ ਸ਼ੌਕ ਨਾਲ ਐਸੇ ਲਈ ਕਿਹਾ ਬਾਬਾ ਜੀ ਦਬਾਅ ਵੀ ਹੈ ਇਹ ਛਪਾ ਵੀ ਹੈ ਅਗਲਾ ਕਰੇ ਤਾਂ ਦੁੱਖ ਸੁੱਖਾ ਨਹੀਂ ਤੂੰ ਸਾਹਮਣੇ ਨਾਲ ਯਾਰ ਕੋਈ ਕਿਹੜਾ ਦੋਸਤ ਆਪਣੀ ਇੱਕ ਇਸ਼ਾਰਾ ਕਰੇ ਦੋ ਆਸੇ ਬੱਕੇ ਆਪਣੀ ਤਰਫੋਂ ਚਲੋ ਭਾਈ ਨਾ ਜਾਂ ਨਾ ਤੂੰ ਬਗੈਰ ਪੈਸੇ ਸਾਡੀ ਘੜੀ ਤੇ ਨਾ ਦੋ ਮਿੰਟ ਟਾਈਮ ਦੇ ਕੇ ਤਾਜ਼ੇ ਪਾਣੀ ਨਾਲ ਲੈ ਸੋਚੋਗੇ ਪਾਣੀ ਪਾਣੀ ਵੀ ਵਸਦੇ ਅੰਦਰ ਮਾਜੀ ਪੱਕੀ ਅਲੱਗ ਤੋਂ ਥੱਲੇ ਦੋ ਮਿੰਟਾਂ ਦੇ ਅੰਦਰ ਇਤਨੇ ਪੇਟ ਦੇ ਅੰਦਰ ਇਹਦੇ ਅੰਦਰ ਉਲਟੀ ਚੱਕਰ ਥੱਲੇ ਵੀ ਟੜਕਾਵਾ ਹਰ ਬਾਬਾ ਹਰਸੇ ਨੂੰ ਇਸ ਤਰ੍ਹਾਂ ਫਤਤ ਕਰੇ ਕਿ ਜਿਸ ਤਰ੍ਹਾਂ ਬਲਦੀ ਜਾ ਕੇ ਸੋਈ ਪਾਣੀ ਕੋਈ ਆ ਅਗਰ ਕਿਸੇ ਦੋਸਤ ਦਾ ਕੋਈ ਸ਼ੱਕ ਹੈ ਹਸਪਤਾਲ ਦੇ ਵਿੱਚ ਸ਼ੱਕ ਨਾਲ ਨਹੀਂ ਕਰਕੇ ਜਾ ਕਬਰ 70 ਤੇ 72 ਬਿਮਾਰੀਆਂ ਰੋਟੀ ਖਾਣ ਤੋਂ ਬਾਅਦ ਔਰਤ ਹੈ ਜਾਂ ਮਰਦ
ਔਰਤ ਦਾ ਜਾਂ ਮਰਦ ਸੁਬਾ ਸ਼ਾਮ ਤਾਜ਼ੇ ਪਾਣੀ ਦਾ ਤਾਂ ਦੋ ਮਾਸੇ ਪੱਟੀ ਇਸਤੇਮਾਲ ਕਰੋ ਭਾਈਆਂ ਨੇ ਪਹਿਲੀ ਤੋਂ ਜਾਣੀ ਪੁਰਾਣੀ ਤੋਂ ਪੁਰਾਣੀ ਕਬਰ ਇਸ ਤਰੀਕੇ ਤੋੜੇ ਜਾਂ ਜਿਸ ਤਰੀਕੇ ਕਿਲੋ ਦੀ ਕਾਸ਼ੀ ਸਾਹਿਬ ਉਤਰ ਆਏ ਨੇ ਸਾਡੀ ਚੀਮਾ ਜਿਹੜੀ ਆ ਸਾਨੂੰ ਲੈ ਕੇ ਆਈਏ ਇਹ ਮੀਆਂ ਨਾਮ ਜੀ ਜਨਰਲ ਬੱਸ ਸਟੈਂਡ ਮੁਲਤਾਨ ਕਾਫੀ ਖੂਬਸੂਰਤ ਬਣਾਤਾ ਹੁਣ ਮੁਲਤਾਨ ਨੂੰ ਚੈੱਕ ਕਰੋ ਮੁਲਤਾਨ ਸਾਹਿਬ ਘੁੰਮ ਰਹੇ ਹਾਂ ਅਸੀਂ 5:30 ਹੋ ਰਹੇ ਨੇ ਤੇ ਫੁੱਲ ਗਰਮੀ ਮੁਲਤਾਨ ਤੇ ਫਿਰ ਵੀ ਐਕਸਟਰਾ ਗਰਮੀ ਹੁੰਦੀ ਹੈ ਇਹ ਤਕਰੀਬਨ ਕਮ ਅਜ਼ ਕਮ ਹੁਣ ਵੀ 41 ਤੋਂ 42 ਡਿਗਰੀ ਸੈਂਟੀਗ੍ਰੇਡ ਹੋਣਾ ਸ਼ਹਿਰ ਜਾ ਰਹੇ ਜਨਾਬ ਅਸੀਂ ਹੁਣ ਮੈਟਰੋ ਸਟਾਪ ਤੇ ਵਿਹਾੜੀ ਚੌਕ ਤੋਂ ਅਸੀਂ ਪਹੁੰਚਾਂਗੇ ਜਨਾਬ ਮੈਟਰੋ ਤੇ ਸਾਡਾ ਸਟਾਪ ਹੋਏਗਾ 3 ਨੰਬਰ 6 ਤੱਕ ਜੀ ਅਸੀਂ ਆ ਗਏ ਹੈਗੇ ਵਿਹਾੜੀ ਚੌਕ ਮੈਟਰੋ ਸਟੇਸ਼ਨ ਇੱਥੋਂ ਅਸੀਂ ਮੈਟਰੋ ਲੰਘੇ ਤੇ 3 ਨੰਬਰ 6 ਆ ਜਾਓ ਕਾਜੀ ਸਾਹਿਬ ਵਿਹਾੜੀ ਚੌਕ ਮੈਟਰੋ ਸਟੇਸ਼ਨ ਇਹ ਆ ਗਿਆ ਜੀ ਮੈਟਰੋ ਸਟੇਸ਼ਨ ਇੱਥੋਂ ਅਸੀਂ ਲਾਂਗੇ ਮੁਲਤਾਨ ਕੀ ਮੈਟਰੋ ਸਟੇਸ਼ਨ ਵਿਹਾੜੀ ਚੌਕ ਸ਼ੁਕਰੀਆ ਥੈਂਕ ਯੂ ਕਾਸ਼ ਸਾਹਿਬ ਪਹਿਲੇ ਉੱਪਰ ਜਾ ਚੁੱਕੇ ਨੇ ਇਹ ਹਮ ਪਹੁੰਚ ਚੁੱਕੇ ਹਾਂ ਜੀ ਸਟਾਪ ਪੇ ਆਖਿਰਕਾਰ ਅਸੀਂ ਬਹਿ ਗਏ ਮੈਟਰੋ ਬੱਸ ਵਿੱਚ ਕਾਫੀ ਜ਼ਿਆਦਾ ਰਸ਼ ਸੀ ਅਤੇ ਕਾਸ਼ੀ ਦਾ ਵੀ ਪਹਿਲਾ ਐਕਸਪੀਰੀਅੰਸ ਸੀ ਜਿਵੇਂ ਹੀ ਮੈਟਰੋ ਬੱਸ ਵਿਹਾੜੀ ਚੌਕੋਂ ਨਿਕਲੀ ਉੱਚੇ ਉੱਚੇ ਪੁਲਾਂ ਦੇ ਉੱਤੋਂ ਗੁਜ਼ਰਦੀ ਅਤੇ ਆਪਣੀ ਹੈਵੀ ਸਪੀਡ ਨਾਲ ਆਪਣੀ ਮੰਜ਼ਿਲ ਵੱਲ ਚੱਲ ਪਈ ਅਤੇ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਣਾ ਵਿਹਾੜੀ ਚੌਕ ਦਾ ਫਲਾਈਓਵਰ ਦਾ ਵਿਊ ਬੜਾ ਜ਼ਬਰਦਸਤ ਅਤੇ ਇਹ ਸਾਡੇ ਮੈਟਰੋ ਸਟੇਸ਼ਨ ਦੇ ਸਟਾਫ ਮਾਸ਼ਾਅੱਲਾ ਬੜੇ ਖੂਬਸੂਰਤ ਬਣਾਏ ਗਏ ਨੇ ਬਹੁਤ ਮਿਹਨਤ ਕੀਤੀ ਗਈ ਹੈ ਅਤੇ 25 ਰੁਪਏ 'ਚ ਇਨਸਾਨ ਕਿਤੇ ਦਾ ਵੀ ਸਫ਼ਰ ਕਰ ਸਕਦਾ ਹੈ ਜਿਵੇਂ ਹੀ ਅਸੀਂ ਦੌਲਤ ਗੇਟ ਦਾ ਸਟਾਪ ਕ੍ਰਾਸ ਕੀਤਾ ਅਤੇ ਸਾਹਮਣੇ ਸਾਨੂੰ ਕਾਸਮ ਫੋਰ ਸਟਾਪ ਦੇ ਨਾਲ ਬਾਬੂਦੀਨ ਜ਼ਿਕਰੀਆ ਅਤੇ ਉਸ ਦੇ ਨਾਲ ਹੀ ਸ਼ਾਹ ਰੁਕਨੇ ਆਲਮ ਦਾ ਦਰਬਾਰ ਜਿਹੜਾ ਮੈਟਰੋ ਪੁਲਾਂ ਤੋਂ ਨਜ਼ਰ ਆ ਰਿਹਾ ਸੀ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰ ਰਿਹਾ ਸੀ
ਕਿਸੇ ਦਾ ਵੀ ਮੁਲਤਾਨ ਆਉਣ ਹੋਵੇ ਤਾਂ ਇੱਥੋਂ ਲਾਜ਼ਮੀ ਹੋ ਕੇ ਜਾਵੇ, ਕਿਉਂਕਿ ਬਹੁਤ ਖੂਬਸੂਰਤ ਜਗ੍ਹਾ ਬਣਾਈ ਗਈ ਹੈ ਮੁਲਤਾਨ ਅੰਦਰ ਅਤੇ ਕਾਫੀ ਅੱਛਾ ਲੱਗਦਾ ਇੱਥੇ ਆ ਕੇ। ਫਾਈਨਲੀ ਜੀ ਅਸੀਂ ਆ ਗਏ 6 ਨੰਬਰ ਚੁੰਗੀ 'ਤੇ, ਇੱਥੋਂ ਜਾਵਾਂਗੇ ਚੇਜ਼ਰ 'ਤੇ ਅਤੇ ਜਿੱਥੇ ਜਾ ਕੇ ਫਿਰ ਅਸੀਂ ਕਰਵਾਉਣਾ ਮੋਬਾਈਲ ਠੀਕ, ਮੋਬਾਈਲ ਠੀਕ ਕਰਵਾਉਣ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਅਸੀਂ ਕਿੱਧਰ ਚੱਲੇ ਹਾਂ। ਅਤੇ ਮੈਂ ਹੁਣ ਕੀ ਕਰਦਾ ਤੇਰੇ ਸਾਹਮਣੇ ਹੀ ਸੀ, ਅਸੀਂ ਆ ਗਏ ਹਾਂ ਜੀ ਚੇਜ਼ਰ 'ਤੇ, ਇੱਥੇ ਕਰਵਾਉਣਾ ਅਸੀਂ ਆਪਣਾ ਮੋਬਾਈਲ 'ਚ ਜੀ। ਬਹੁਤ ਹੀ ਅਫਸੋਸ ਨਾਲ ਯਕੀਨ ਕਰੋ ਕਿ ਅਸੀਂ ਇੰਨੀ ਦੂਰੋਂ ਆਏ, ਇੰਨੀ ਗਰਮੀ 'ਚ ਪਹੁੰਚੇ, ਲੇਕਿਨ ਚੀਮੇ ਨੇ ਸਾਡਾ ਸਾਰਾ ਪ੍ਰੋਗਰਾਮ ਵਾੜਤਾ। ਜਦੋਂ ਅਸੀਂ ਚੇਜ਼ਰ 'ਤੇ ਪਹੁੰਚੇ ਵੀਵੋ ਸੈਂਟਰ 'ਚ, ਤਾਂ ਉਹ ਹੁਣ ਅਸੀਂ ਉਹਨਾਂ ਨੂੰ ਕੀ ਕਹੀਏ ਕਿ ਅਸੀਂ 5 ਮਿੰਟ ਲੇਟ ਹੋਏ ਹਾਂ, ਇਨਸਾਨ ਹੁਣ ਅੱਧਾ ਸਮਝਦਾਰ ਹੋ ਸੀ। ਉਹਨਾਂ ਨੇ ਗੇਟ ਵੀ ਖੋਲ੍ਹਿਆ ਹੈ ਅਤੇ ਜੀ ਤੁਸੀਂ ਵਾਪਸ ਦੁਬਾਰਾ ਆਇਓ, ਹੁਣ ਹਿਸਾਬ ਲਗਾਓ ਕਿ ਇੱਕ ਬੰਦਾ ਮੀਆਂ ਚਲੋ ਆਇਆ ਯਾਰ, ਕੁਛ ਤਾਂ ਖਿਆਲ ਕਰਨਾ ਚਾਹੀਦਾ ਵੀ ਤੁਸੀਂ ਗੇਟ ਤਾਂ ਖੋਲ੍ਹੋ ਨਾ, ਕਮਲ ਤੁਮ ਸਾਡੀ ਗੱਲ 'ਤੇ ਸੁਣੋ। ਉਹਨਾਂ ਨੇ ਹੁਣ ਸਮਝ ਲਓ ਕਿ ਅਸੀਂ ਵਾਪਸ ਆ ਰਹੇ ਹਾਂ, ਬੜੇ ਹੀ ਅਫਸੋਸ ਅਤੇ ਦਿਲ ਟੁੱਟੇ ਹੋਏ ਨਾਲ। ਬਾਕੀ ਤੁਸੀਂ ਸਮਝ ਸਕਦੇ ਹੋ ਕਿ ਇੰਨੀ ਦੂਰੋਂ ਬੰਦਾ ਆਵੇ ਅਤੇ ਅੱਗੋਂ ਨਾ ਮਸਲਾ ਹੱਲ ਹੋਵੇ ਤਾਂ ਕੀ ਕੁਦਰਤੀ ਹੋਣੀ। ਇਹ ਹੁਣ ਚੁੰਗੀ ਨੰਬਰ 6 'ਤੇ ਆਏ ਹਾਂ, ਇੱਥੋਂ ਦੁਬਾਰਾ ਜਾਵਾਂਗੇ ਵਾਪਸ ਕਾਸ਼ੀ। ਕੈਸਾ ਲੱਗ ਰਿਹਾ? ਨਹੀਂ ਨਹੀਂ ਵਾਪਸ ਜਾਂਦੇ ਹੋਇਆ ਹੈ ਹੁੰਦਾ ਸੀ ਗੁਜ਼ਰ ਚੱਲ ਗੁਜ਼ਰ ਗੁਜ਼ਰ ਜਾ ਉਹ ਖੁੱਲ ਜਾ ਭਾਈ ਉਹ ਤਾਂ ਘੰਟੇ ਹੀ ਲਾਤਾ ਉਹਨੇ। ਸਿੱਧਾ ਫਲਾਈਓਵਰ ਤੇ ਯਾਰ ਚੱਲ ਦੇਖੀ ਜਾਏਗੀ ਫਿਰ ਜੋ ਹੋਏਗਾ। ਉਹ ਆ ਗਿਆ ਮਾਮੂ ਬੈਠਾ ਮੈਂ ਅਸੀਂ ਚੱਲੇ ਜੀ ਹੁਣ ਮਿਨਿਸਟਰ ਹਸਪਤਾਲ ਤੋਂ ਅੱਗੇ ਚੁੰਗੀ ਨੰਬਰ 1 ਦੇ। ਬਹੁਤ ਹੀ ਸੈਡ ਹੈ ਅਤੇ ਬਹੁਤ ਹੀ ਦੁਖੀ ਹੈ ਅੱਜ ਬਹੁਤ ਦੂਰੀ ਹੈਗੀ ਸਾਡੇ ਨਾਲ ਅੱਗੇ ਕਦੇ ਅੰਜਲੀ ਨਹੀਂ ਹੋਈ ਜਿਹੜੀ ਅੱਜ ਸਾਡੇ ਨਾਲ ਹੋਈ ਹੈਗੀ। ਅਤੇ ਮੁਲਤਾਨ ਵਾਲਿਓ ਤੁਹਾਨੂੰ ਅੱਲਾ ਪੁੱਛੇ ਅਸੀਂ ਇੰਨੀ ਦੂਰੋਂ ਆਏ ਤਾਂ ਤੁਸੀਂ ਸਾਨੂੰ
ਸਾਡਾ ਕੰਮ ਨਹੀਂ ਕੀਤਾ। ਸੂਰਜ ਗੁਰੂ ਮੰਦਰ ਜੀ ਮੁਲਤਾਨ ਦਾ ਖੂਬਸੂਰਤ ਮੰਦਰ ਤੁਸੀਂ ਦੇਖ ਰਹੇ ਹੋ ਸਾਡੇ ਵਲੋਗ 'ਚ, ਅਤੇ ਰੋਡ ਅਸੀਂ ਦਿਖਾਵਾਂਗੇ ਤੁਹਾਨੂੰ ਨਿਸ਼ਤਰ ਹਸਪਤਾਲ ਦੀ। ਏਸ਼ੀਆ ਦਾ ਦੂਜਾ ਵੱਡਾ ਹਸਪਤਾਲ ਹੈ ਨਿਸ਼ਤਰ ਹਸਪਤਾਲ, ਬਹੁਤ ਹੀ ਬਿਜ਼ੀਐਸਟ ਰੋਡ ਹੈ ਇੱਥੇ, ਤਾਂ ਸਮਝ ਲਓ ਕਿ ਆਪਣੇ ਆਪ ਬਚਣਾ ਪੈਂਦਾ ਹੈ, ਅਗਲਾ ਬੰਦਾ ਨਹੀਂ ਬਚਾਏਗਾ ਤੁਹਾਨੂੰ। ਐਂ ਕਿਆ ਕਰੋ, ਜਗ੍ਹਾ ਜਗ੍ਹਾ ਰਸ਼ ਅਤੇ ਜਗ੍ਹਾ ਜਗ੍ਹਾ ਮੈਡੀਕਲ ਸਟੋਰ ਅਤੇ ਗੱਡੀਆਂ ਹੀ ਗੱਡੀਆਂ। ਨਿਸ਼ਤਰ ਲੈਬ ਹੈ ਜੀ ਐਮਰਜੈਂਸੀ ਗੇਟ ਨਿਸ਼ਤਰ ਹਸਪਤਾਲ ਦਾ, ਅਤੇ ਇਹ ਸਾਰਾ ਨਿਸ਼ਤਰ ਹਸਪਤਾਲ ਦਾ ਵਿਊ ਹੈ ਜੀ। ਸਾਨੂੰ ਮਗਰਬ ਹੋ ਗਈ ਹੈ ਜੀ ਮੁਲਤਾਨ ਹੀ, ਅਤੇ ਅਸੀਂ 3 ਵਜੇ ਦੇ ਆਏ ਹਾਂ ਅਜ਼ਾਨ ਹੋ ਗਈ, ਅਤੇ ਮੌਸਮ ਵੀ ਕਾਫੀ ਖੂਬਸੂਰਤ ਹੋ ਗਿਆ, ਮੌਸਮ ਤੁਸੀਂ ਦੇਖ ਰਹੇ ਹੋ ਕਿੰਨਾ ਪਿਆਰਾ ਹੋ ਗਿਆ। ਹਸਪਤਾਲ ਲੇਕਿਨ ਅਸੀਂ ਜਾਣਾ ਵਾ ਅੱਗੇ ਚੁੰਗੀ ਨੰਬਰ 1 'ਤੇ, ਇਹਦੀ ਸੈਂਟਰ ਨਿਸ਼ਤਰ ਮੈਡੀਕਲ ਯੂਨੀਵਰਸਿਟੀ ਵੀ ਇੱਥੇ ਹੀ ਹੈ। ਇਹ ਹੈਗਾ ਜੀ ਮੁਲਤਾਨ ਪਾਕ ਇਟਾਲੀਅਨ ਮਾਡਰਨ ਫਰਨ ਸੈਂਟਰ, ਆਪਾਂ ਸਿੱਧੇ ਜਾਣਾ ਵਾ ਬੋਸ, ਕਾਫੀ ਖੂਬਸੂਰਤ ਹੈ। ਇਹ ਆ ਗਈ ਸੈਂਟਰ ਜੇਲ ਮੁਲਤਾਨ ਦੀ, ਇਹ ਜੀ ਅਸੀਂ ਆ ਗਏ ਹਾਂ ਚੁੰਗੀ ਨੰਬਰ 1 ਉੱਤੇ, ਜਿੱਥੇ ਸਾਨੂੰ ਕੰਮ ਹੈ ਇੱਕ ਆਪਣਾ ਬਾਲਾ ਸਾਹਿਬ ਦੀ ਮੈਡੀਸਨ ਲੈਣੀ ਹੈ ਇੱਥੋਂ, ਅੱਲਾ ਖੈਰ ਕਰੇ ਮੈਡੀਸਨ ਲੈ ਕੇ ਅਤੇ ਵਾਪਸ। ਰਸ਼ ਦਾ ਹਾਲ ਤੁਸੀਂ ਚੈੱਕ ਕਰ ਰਹੇ ਹੋ ਕਿੰਨਾ ਜ਼ਿਆਦਾ ਵਾ, ਡਾਕਟਰ ਸਾਹਿਬ ਕੋਲੋਂ ਅੱਬੂ ਜੀ ਦੀ ਮੈਡੀਸਨ ਲੈਣੀ ਸੀ ਉਹ ਲੈ ਲਈਏ, ਚੈੱਕ ਕਰਵਾ ਲਿਆ ਅਤੇ ਅਸੀਂ ਮੌਜੂਦ ਹੈਗੇ ਹਸਪਤਾਲ 'ਚ, ਅਤੇ ਹੁਣ ਅਸੀਂ ਹਾਂ ਵਾਪਸ ਜਾ, ਅੱਲਾ ਖੈਰ ਕਰੇ ਜ਼ਲੀਲ ਤਾਂ ਹੋ ਗਏ ਹਾਂ ਲੇਕਿਨ ਕੀ ਕਰੀਏ, ਬਸ ਕਿਸਮਤ ਚਾਰ ਜਲਾਲ ਲਿਖੀ ਹੋਈ ਸੀ ਉਹ ਭੋਗ ਲਈਏ, ਅਤੇ ਹੁਣ ਬਸ ਜਾਣ ਲੱਗੇ ਹਾਂ ਵਾਪਸ ਅੱਲਾ ਖੈਰ ਕਰੇ ਘਰਾਂ ਨੂੰ। ਅਸੀਂ ਇਹ ਬਾਹਰ ਹੈਗੇ ਮੌਜੂਦ ਡਾਕਟਰ ਬਲਾਲ ਅਸ਼ਰਫ, ਬਹੁਤ ਮਿਹਰਬਾਨੀ ਮੁਨੱਵਰ ਬਾਈ ਤੁਸੀਂ ਸਾਡੇ ਵਾਸਤੇ ਆਪਣਾ ਟਾਈਮ ਕੱਢਿਆ, ਸਾਨੂੰ ਸਪੈਸ਼ਲ ਟਾਈਮ ਦਿੱਤਾ ਅਤੇ ਇੰਨਾ ਤਕੱਲਫ ਕੀਤਾ ਜੀ। ਕਾਸ਼ੀ ਭਾਈ ਕੈਸਾ ਲੱਗ ਰਿਹਾ ਅੱਜ ਮੁਲਤਾਨ ਦਲੀਲ ਹੋਣ ਦਾ, ਹੈ ਬਹੁਤ ਅੱਛਾ ਲੱਗ ਰਿਹਾ, ਕੀ ਖਿਆਲ ਹੈ ਦੁਬਾਰਾ ਇੱਦਾਂ ਹੋਣਾ ਚਾਹੀਦਾ ਦੁਬਾਰਾ? ਇੱਕ ਸਿਰਫ 5 ਮਿੰਟ ਲੇਟ ਹੋਏ ਆ ਅਤੇ ਕਿੰਨੀ 9 ਵਜ ਗਏ ਨੇ, ਅਤੇ ਅਸੀਂ ਜੀ ਮੁਲਤਾਨ NLC ਬਾਈਪਾਸ 'ਤੇ ਖੜ੍ਹੇ ਹਾਂ ਅਤੇ ਸਾਨੂੰ ਬੱਸ ਵੀ ਨਹੀਂ ਲੱਭ ਰਹੀ ਹੈ, ਸਾਡਾ ਹਾਲਤ ਤੁਸੀਂ ਦੇਖ ਸਕਦੇ ਹੋ। ਇਹ ਤਾਂ ਮਿਹਰਬਾਨੀ ਮੁਨੱਵਰ ਭਾਈ ਦੀ, ਜਿਹੜੇ ਆਏ ਉਹਨਾਂ ਨੇ ਸਾਡੇ ਵਾਸਤੇ ਸਪੈਸ਼ਲ ਟਾਈਮ ਕੱਢਿਆ, ਅਤੇ ਯਕੀਨ ਕਰੋ ਵਰਨਾ ਅੱਜ ਬਹੁਤ ਰੁਲੇਗੇ, ਬਹੁਤ ਦਵਾਵਾਂ ਦੇਵਾਂਗੇ ਇਸ ਮੁਲਤਾਨ ਵਾਲਿਆਂ ਨੂੰ। ਇਹ ਚੈੱਕ ਕਰੋ ਜੀ NLC ਬਾਈਪਾਸ 'ਤੇ, ਚੰਗਾ ਅਸੀਂ ਕਰਦੇ ਹਾਂ ਜੀ ਵਲੋਗ ਦਾ ਐਂਡ ਇੱਥੇ ਹੀ, ਬਾਕੀ ਹੁਣ ਅਸੀਂ ਆਪਣੀ ਗੱਡੀ ਦਾ ਇੰਤਜ਼ਾਰ ਕਰ ਰਹੇ ਹਾਂ। ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅੱਲਾ ਹਾਫਿਜ਼।